यीशु सब तो महान है।
ਥੋੜੇ ਜੇ ਦਿਨ ਪਹਿਲਾਂ ਮੈਨੂੰ ਇੱਕ ਫੋਨ ਆਇਆ ਕਿ ਉਹ ਹਿੰਦੀ ਦੇ ਵਿੱਚ ਗੱਲ ਕਰ ਰਹੀ ਸੀ ਭੈਣ ਹਾਂਜੀ ਕੌਣ ਗੱਲ ਕਰ ਲਿਆ ਏ ਪਾਸਟਰ ਬਾਤ ਕਰ ਰਹੇ ਨਾ ਪਾਸਟਰ ਹਾਂਜੀ ਹਾਂਜੀ ਪਾਸਟਰ ਗੱਲ ਕਰ ਰਿਹਾ ਪਾਸਟਰ ਹਮਾਰਾ ਬੰਬਰੀ ਚਲਾ ਗਿਆ ਅਰੇ ਆਪਕਾ ਬੰਬਰੀ ਕਹਾਂ ਚਲਾ ਗਿਆ ਵੋ ਜਬ ਹਮ ਆਏ ਥੇ ਨਾ ਇਤਵਾਰ ਕੋ ਉਸ ਦਿਨ ਚਲਾ ਗਿਆ ਮੈਂ ਸੋਚਿਆ ਕੋਈ ਗੋਲੀ ਹੋਣੀ ਨੌ ਹੋਣੀ ਮਾਂ ਹੋਣੀ ਗਵਾਚ ਗਈ ਅੱਛਾ ਸਿਸਟਰ ਹਮ ਨਾ ਆਪਕੇ ਲਈ ਪ੍ਰਾਰਥਨਾ ਕਰੇ ਅੱਛਾ ਪਾਸਟਰ ਜੀ ਪਰ ਹਮਾਰਾ ਤੋ ਬੰਬਰੀ ਚਲਾ ਗਿਆ ਮੈਨੂੰ 5 ਕੁ ਮਿੰਟ ਲੱਗ ਗਏ ਬਾਅਦ ਵਿੱਚ ਪਤਾ ਲੱਗਾ ਉਹ ਕਹਿੰਦੀ ਹੈ ਮੇਰੀ ਬਿਮਾਰੀ ਚਲੀ ਗਈ ਹੈ ਠੀਕ ਹੋ ਗਈ ਇਹ ਮੇਰੇ ਯੇਸੂ ਦੀ ਮਹਿਮਾ ਇਹ ਉਹ ਨਾਮ ਜਿਹੜਾ ਸਭ ਨਾਮਾਂ ਤੋਂ ਉੱਤਮ ਨਾਮ ਹੈ ਯੇਸੂ ਨਾਮ ਉਹ ਨਾਮ ਹੈ ਜਿਹੜਾ ਦੁਨੀਆਂ ਦੇ ਸੈਂਟਰ ਦੇ ਵਿੱਚ ਪੈਦਾ ਹੋਇਆ ਯੇਸੂ ਨਾਮ ਉਹ ਨਾਮ ਹੈ ਜਿਸ ਨਾਮ ਨੂੰ ਸਵਰਗ ਦੂਤ ਧਰਤੀ ਤੇ ਲੈ ਕੇ ਆਇਆ ਯੇਸੂ ਨਾਮ ਉਹ ਨਾਮ ਹੈ ਜਿਸ ਦੇ ਜਨਮ ਤੋਂ ਪਹਿਲਾਂ ਕਈ ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ ਯੇਸੂ ਨਾਮ ਉਹ ਨਾਮ ਹੈ ਜਿਹੜੇ ਨਾਮ ਦੇ ਵਿੱਚ ਭੂਤ ਡਰਦੇ ਹਨ ਯੇਸੂ ਨਾਮ ਉਹ ਨਾਮ ਹੈ ਜਿਹੜਾ ਸਾਨੂੰ ਮੁਕਤੀ ਦਿੰਦਾ ਹੈ ਇੱਕ ਵਾਰੀ ਫਿਰ ਕਿਉਂਕਿ ਪਰਮੇਸ਼ਵਰ ਨੇ ਇਨਸਾਨ ਇਸ ਕਰਕੇ ਬਣਾਇਆ ਕਿ ਉਹ ਪਰਮੇਸ਼ਵਰ ਦੀ ਪ੍ਰਸਤਿਸ਼ ਕਰੇ ਸਾਰੇ ਕੰਮ ਪਰਮੇਸ਼ਵਰ ਆਪ ਕਰਦੇ ਨੇ ਇੱਕੋ ਹੀ ਕੰਮ ਹੈ ਜਿਹੜਾ ਪਰਮੇਸ਼ਵਰ ਖੁਦ ਨਹੀਂ ਕਰਦੇ ਉਹ ਹੈ ਪ੍ਰਭੂ ਦੀ ਪ੍ਰਸਤਿਸ਼ ਇਨਸਾਨ ਬਣਾਇਆ ਹੀ ਤਾਂ ਕਿਉਂ ਦੇਖੇ ਅੱਛਾ ਵਾਹ 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 ਏਡਾ ਵੱਡਾ ਸੂਰਜ ਅਸੀਂ ਕਦੇ ਆਪਣੇ ਨਿਆਣੇ ਨੂੰ ਦੱਸਦੇ ਨਹੀਂ ਪੁੱਤ ਉਹ ਸੂਰਜ ਹੈ ਜਦੋਂ ਸੂਰਜ ਰੋਸ਼ਨੀ ਲੈ ਕੇ ਆ ਰਿਹਾ ਸਵੇਰੇ ਤਾਂ ਉੱਠ ਕੇ ਇੱਕ ਵਾਰ ਕਹਿ ਦੋ ਕੀ ਫਰਕ ਪੈਂਦਾ ਇਹ ਪ੍ਰਭੂ ਵਾਹ ਓ ਤੇਰੀ ਮਹਿਮਾ ਹੋਵੇ ਧੰਨਵਾਦ ਪ੍ਰਭੂ ਜੀ ਇਹ ਸੂਰਜ ਮੇਰੇ ਘਰ ਰੋਸ਼ਨੀ ਲੈ ਕੇ ਆਇਆ ਇੰਨਾ ਨਹੀਂ ਵੇਖ ਸਾਡੇ ਕੋਲ ਸੂਰਜ ਦਾ ਸੂਰਜ ਨੂੰ ਦੇਖ ਕੇ ਕਿਹੜਾ ਧੰਨਵਾਦ ਕਰੇ ਅੱਜ ਲੋਕ ਸੂਰਜ ਨੂੰ ਨਮਸਕਾਰ ਕਰਦੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਪਰ ਮੇਰਾ ਬਾਈਬਲ ਇੱਦਾਂ ਦੱਸਦਾ ਉਹਦੇ ਵਿੱਚ ਇੱਦਾਂ ਲਿਖਿਆ ਚਾਹੀਦਾ ਸੀ ਜਿਹੜੇ ਸੂਰਜ ਨੂੰ ਨਮਸਕਾਰ ਕਰਦੇ ਨੇ ਉਹ ਸੂਰਜ ਨੂੰ ਨਹੀਂ ਜਿਹਨੇ ਸੂਰਜ ਨੂੰ ਬਣਾਇਆ ਉਹਨੂੰ ਨਮਸਕਾਰ ਕਰਦੇ ਤਾਂ ਮੇਰਾ ਬਾਈਬਲ ਦੱਸਦਾ ਆ ਜਿਹਨੇ ਸੂਰਜ ਨੂੰ ਬਣਾਇਆ ਉਹਦਾ ਨਾਮ ਯੇਸੂ ਮਸੀਹ ਹੈ ਹਾਲੇਲੂਯਾ